ਸ਼ਾਂਪੂਰਾ ਫੂਲ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਬਲਕਾਰ ਸਿੱਧੂ ਨੇ ਜਿੱਤ ਲਈ ਜਿੱਥੇ ਲੋਕਾਂ ਦਾ ਧੰਨਵਾਦ ਕੀਤਾ ਤਾਂ ਭਰੋਸਾ ਦਿਤਾਉਣ ਲਈ ਹਾਈ ਕਮਾਂਡ ਦਾ ਵੀ ਸ਼ੁਕਰਾਨਾ ਉਹਨਾਂ ਦੇ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ। ਪ੍ਰਤੀਕਰਮ ਵੀ ਤੁਹਾਨੂੰ ਸੁਣਾ ਦਿੰਨੇ ਆ। ਜੀ ਮੈਂ ਆਪਣੇ ਵੱਲੋਂ ਸਾਰੀ ਆਮ ਆਦਮੀ ਪਾਰਟੀ ਦੀ ਸਾਰੀ ਸਮੁੱਚੀ ਹਲਕੇ ਦੀ ਟੀਮ ਵੱਲੋਂ ਤੇ ਹਾਈ ਕਮਾਂਡ ਵੱਲੋਂ ਬਹੁਤ-ਬਹੁਤ ਧੰਨਵਾਦ ਪੰਜਾਬ ਨਿਵਾਸੀਆਂ ਦਾ ਜਿਨ੍ਹਾਂ ਨੇ ਬਹੁਤ ਹੀ ਭਾਰੀ ਬਹੁਤ ਤੇ ਸਰਕਾਰ ਸਾਡੀ ਬਣਾਈ ਆ। 11000 ਪਲੱਸ ਮੇਰਾ ਕਲੇਜ ਗੈਂਟੀ ਰਹਿੰਦੀ ਹੈ ਕੁਝ ਆਪਣੇ ਮੁਲਾਜ਼ਮਾਂ ਵੀਰੇ ਦੇ ਮੁਲਾਜ਼ਮਾਂ ਨੇ ਬਹੁਤ ਵੋਟਾਂ ਪਾਈਆਂ ਜੀ ਤੇ ਜਿੱਥੇ ਆ ਇਹ ਧੰਨਵਾਦ ਕਰਦਾ ਮੈਂ ਸਾਰੇ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ 24 ਘੰਟੇ ਦੇ ਵਿੱਚੋਂ 20-20 ਘੰਟੇ ਜਾਗ ਕੇ 22 ਘੰਟੇ ਜਾ ਕੇ ਮੇਰਾ ਸਾਥ ਦਿੱਤਾ ਇਮਾਨਦਾਰੀ ਨਾਲ ਆਤਮਾ ਦੇ ਦਿਲੋਂ ਵਿੱਚੋਂ ਬਾਕੀ ਹਲਕੇ ਚ ਵੀ ਸਿਰਫ ਤੇ ਸਿਰਫ ਅੰਦਰੋਂ ਵੀ ਸੱਚਾ ਬਾਹਰੋਂ ਵੀ ਸੱਚਾ ਇਮਾਨਦਾਰੀ ਨਾਲ ਕੰਮ ਕਰਾਂਗੇ ਜਿਹੜੇ ਕੰਮਾਂ ਅਧੂਰੇ ਆ ਜਾਂ ਝੂਠ ਬੋਲ ਕੇ ਇਹਨਾਂ ਲੋਕਾਂ ਨੇ ਆਪਦੀ ਸਰਕਾਰਾਂ ਬਣਾਈਆਂ ਐਮਐਲਏ ਬਣੇ ਮੰਤਰੀ ਬਣੇ ਉਹ ਬਲਕਾਰ ਸਿੱਧੂ ਕਦੇ ਝੂਠ ਨਹੀਂ ਬੋਲੂਗਾ ਕੰਮ ਕਰਾਂਗੇ ਰਹਿੰਦੇ ਕੰਮ ਸਵਾਰਾਂਗੇ ਤੇ ਹਲਕੇ ਦੇ ਵਿੱਚ ਸ਼ਾਂਤੀ ਜਿਹੜੀ ਇਹਨਾਂ ਦੀ ਗੁੰਡਾਗਰਦੀ ਸੀ ਉਹ ਖਤਮ ਕਰਾਂਗੇ ਨਸ਼ਾ ਖਤਮ ਕਰਾਂਗੇ ਚਿੱਟੇ ਵਰਗਾ ਨਸ਼ਾ ਉਹ ਖਤਮ ਕਰਾਂਗੇ ਸਾਫ਼ ਸੁਥਰਾ ਰਾਜ ਕਰਾਂਗੇ ਕਿਉਂਕਿ ਭਾਰੀ ਬੋਬਾ ਦੇ ਨਾਲ ਜਿੱਤੇ ਆ ਕਿਉਂਕਿ ਸਾਡਾ ਜਿਹੜਾ ਰਾਜ ਹੈ ਪੰਜਾਬ ਤੋਂ ਸ਼ੁਰੂ ਹੋ ਕੇ ਇਸ ਤੋਂ ਬਾਅਦ ਅਸੀਂ ਭਾਰਤ ਤੇ ਰਾਜ ਕਰਨਾ ਸਾਡੇ ਸੀਰੀਆਰਵਿੰਦ ਕੇਜਰੀਵਾਲ ਸਾਹਿਬ ਉਹ ਹਿੰਦੁਸਤਾਨ ਦੇ ਪ੍ਰਾਈਮ ਮਿੰისტਰ ਬਣ ਗਏ ਪੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ ਨੇ ਧੰਨਵਾਦ ਆ ਕੇਜਰੀਵਾਲ ਸਾਹਿਬ ਜੀ ਦਾ ਜਿਨ੍ਹਾਂ ਨੇ ਟਿਕਟ ਦੇ ਕੇ ਨਵਾਜਿਆ ਸਤਿਕਾਰਯੋਗ ਪੰਤ ਮਾਨ ਸਾਹਿਬ ਜਿਨ੍ਹਾਂ ਨੇ ਨਾ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਸਾਡਾ ਸਹਿਯੋਗ ਦਿੱਤਾ ਹੋਰ ਸਾਡੇ ਸਾਥੀ ਖੜੇ ਆ ਸਾਰੇ ਸਾਰਿਆਂ ਦਾ ਬਹੁਤ ਧੰਨਵਾਦ ਆ ਸਾਰੇ ਰਲ ਮਿਲ ਕੇ ਕੰਮ ਕਰਾਂਗੇ ਵਰਕਰ ਬਣ ਕੇ ਕੰਮ ਕਰਾਂਗੇ